ਜੇ ਆਪਾਂ ਦਿੱਲੀ ਦੇ ਰਸਤੇ ਬੰਦ ਕੀਤੇ ਕਿਹਨੂੰ ਤਕਲੀਫ ਹੋ ਰਹੀ ਹੈ? ਪੰਜਾਬੀਆਂ ਨੂੰ ਹੋ ਰਹੀ ਹੈ ਨਾ। ਜ਼ਿੰਮੇਦਾਰ ਕੀ ਕਰਨਾ ਚਾਹੁੰਦੇ ਹੈਗੇ? ਸਾਨੂੰ ਪੰਜਾਬੀਆਂ ਨੂੰ ਤੰਗ ਕਰਨਾ ਚਾਹੁੰਦੇ? ਕਮ ਸੇ ਕਮ ਅਸੀਂ ਸੋਚੀਏ, ਅਸੀਂ ਪਬਲਿਕ ਨੂੰ ਕਿਉਂ ਪਰੇਸ਼ਾਨ ਕਰਦੇ ਹੈਗੇ? ਤੁਹਾਡੀ ਮੰਗ ਹੈਗੀ ਠੀਕ ਹੈ, ਤੁਸੀਂ ਧਰਨਾ ਦਿੱਤਾ ਵਾ, ਤੁਹਾਡਾ ਹੱਕ ਬਣਦਾ ਧਰਨਾ ਦੇਣ ਦਾ, ਤੁਸੀਂ ਦਿਓ, ਤੁਹਾਨੂੰ ਕਿਸੇ ਨੇ ਰੋਕਿਆ ਨਹੀਂ। ਤੁਸੀਂ 4 ਮਹੀਨੇ ਤੋਂ ਲੱਗੇ, ਤੁਸੀਂ 4 ਮਹੀਨੇ ਹੋਰ ਵੀ ਬੈਠੇ ਰਹੋ। 40 ਬੰਦੇ ਜਾਂਦੇ ਹੈਗੇ ਆ, ਤੇ ਵਿੱਚੋਂ ਜੇ 2 ਬੰਦੇ ਵੀ ਕਹਿੰਦੇ ਕਿ ਨਹੀਂ ਹੋਣਾ, ਤੇ 40 ਦੇ 40 ਦੀ ਹਿੰਮਤ ਨਹੀਂ ਪੈਂਦੀ ਕਿ ਉਹਨਾਂ ਨੂੰ ਕਹਿ ਦੇਣ ਵੀ ਕਿਉਂ ਨਹੀਂ ਹੋਣਾ। ਡਰਦੇ ਹੈਗੇ ਆ, ਆਪਣੀ ਪੱਗ ਨੂੰ ਹੱਥ ਰੱਖ ਕੇ ਬੈਠੀ ਹੈ ਕਿ ਸਾਡੀ ਪੱਗ ਕਿਸੇ ਨੇ ਡਿੱਗ ਪਵੇ। ਇਹ ਜੋ ਵੀਡੀਓ ਤੁਸੀਂ ਹੁਣੇ ਸੁਣੀ ਹੈ, ਇਹ ਫਗਵਾੜਾ ਦੇ ਮਸ਼ਹੂਰ ਉਦਯੋਗਪਤੀ ਅਤੇ ਭਾਜਪਾ ਲੀਡਰ ਅਸ਼ੋਕ ਸੇਠੀ ਦੀ, ਜਿਨ੍ਹਾਂ ਨੇ ਕਿ ਬੀਤੇ ਦਿਨੀ ਇੱਕ ਨਿੱਜੀ ਚੈਨਲ ਨੂੰ ਆਪਣਾ ਇਹ ਬਿਆਨ ਦਿੱਤਾ ਸੀ, ਜਿਸ ਵਿੱਚ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਬਾਰੇ ਵਿੱਚ ਇਹ ਗੱਲਾਂ ਕੀਤੀਆਂ ਸਨ। ਪਰ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ, ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ, ਜਨਰਲ ਸਕੱਤਰ ਸਰਦਾਰ ਸਤਨਾਮ ਸਿੰਘ ਸਾਨੀ ਅਤੇ ਫਗਵਾੜੇ ਦੇ ਕੁਝ ਮੋਤਵਾਰ ਸੱਜਣਾਂ ਦੇ ਸਾਹਮਣੇ ਆਪਣੇ ਇਸ ਬਿਆਨ ਬਾਰੇ ਯੂ ਟਰਨ ਲੈ ਲਿਆ। ਅਸ਼ੋਕ ਸੇਠੀ ਨੇ ਕਿਹਾ, ਮੈਂ ਆਪਣੇ ਬਿਆਨ ਵਾਪਸ ਲੈਂਦਾ ਹਾਂ। ਇਸ ਦੇ ਨਾਲ ਹੀ ਹੋਰ ਕੀ ਕਿਹਾ ਭਾਜਪਾ ਨੇਤਾ ਨੇ, ਤੁਸੀਂ ਆਪ ਹੀ ਸੁਣੋ। ਮੇਰੇ ਦੁਆਰ ਜੋ ਬੋਲੇ ਗਏ ਸ਼ਬਦ ਹੈਗੇ, ਮੈਂ ਉਹਨਾਂ ਨੂੰ ਵਾਪਸ ਲੈਂਦਾ ਹੈਗਾ। ਔਰ ਮੈਂ ਮਹਿਸੂਸ, ਇਹਨਾਂ ਤੋਂ ਪਹਿਲਾਂ ਮੈਂ ਖੁਦ ਮਹਿਸੂਸ ਕੀਤਾ ਹੈਗਾ ਕਿ ਇਹ ਸ਼ਬਦ ਜਿਹੜੇ ਮੈਨੂੰ ਨਹੀਂ ਕਹਿਣੇ ਚਾਹੀਦੇ ਸੀ। ਔਰ ਮੈਂ ਪਹਿਲਾਂ ਵੀ ਕਿਸਾਨ ਭਾਈਚਾਰੇ ਦੇ ਨਾਲ ਹਾਂ, ਹੁਣ ਵੀ ਹੈਗਾ, ਔਰ ਅੱਗਿਓਂ ਵੀ ਰਹੂੰਗਾ। ਸਾਡਾ ਜਿਹੜਾ ਪੰਜਾਬ ਹੈਗਾ, ਆਪਸੀ ਸਾਂਝ ਹੈਗੀ ਸਾਡੀ, ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਹੈਗੇ। ਅਸੀਂ ਜੋ ਵੀ ਸੰਘਰਸ਼ ਕਰਾਂਗੇ, ਇਕੱਠੇ ਰਲ ਕੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਗਵਾੜਾ ਤੋਂ ਗਗਨ ਪੱਟੀ ਦੀ ਰਿਪੋਰਟ।